ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ 10 タルਤੀ ਤੱਕ ਤੇਲ ਸਿੰਘ ਖਾਲਸਾ ਹਾਂਜੀ ਨਾਲ ਆ ਜੋ ਬਾਬਿਓ ਆਪਾਂ ਅੱਜ ਨਾ ਜ਼ਰੂਰੀ ਗੱਲਬਾਤ ਕਰਨੀ ਆ ਨਾ ਮੈਨੂੰ ਲੱਗਦੇ ਵੀ ਤਿੰਨਾ ਚਾਰਾਂ ਦਿਨਾਂ ਦੀ ਗੱਲ ਆ ਇੱਕ ਵਿਕੀ ਥੋਮਸ ਨਾਂ ਦਾ ਕੋਈ ਹੈਗਾ ਬੰਦਾ ਬਈ ਵੈਸੇ ਬਣਿਆ ਤਾਂ ਉਹ ਨਿਆਂਗ ਸਿੰਘ ਹੀ ਆ ਬਾਣਾ ਵੀ ਨਿਆਂਗਾ ਸਿੰਘਾਂ ਵਾਂਗੂ ਪਾਇਆ ਠੀਕ ਹੈ ਨਾ ਹਸਤੋਂ ਨੇ ਕਿਰਪਾਨ ਹੁੰਦੀ ਆ ਤੇ ਜਣੇ ਖੜੇ ਰੋ ਮਾਰਦਾ ਕੱਲ ਪਰਸੋਂ ਸ੍ਰੀ ਆਨੰਦਪੁਰ ਸਾਹਿਬ ਦੇ ਕੋਲੇ ਕੁਝ ਵੀਰਾਂ ਨੇ ਉਹਨੂੰ ਫੜਿਆ ਕਿੱਥੋਂ ਜਿਹੜੀਆਂ ਬਾਹ ਰੇੜੀਆਂ ਲੱਗੀਆਂ ਹੁੰਦੀਆਂ ਰੇੜੀਆਂ ਦੇ ਉੱਤੋਂ ਮੱਛੀ ਖਾਂਦਾ ਮੱਛੀ ਖਾਂਦਾ ਫੜਿਆ ਗਿਆ ਉੱਥੋਂ ਉਹ ਨੌਜਵਾਨ ਉੱਥੇ ਕੋਲੇ ਗਿਆ ਉਹਨੇ ਜਾ ਕੇ ਪੁੱਛਿਆ ਤੇ ਉਹਨੂੰ ਵੀ ਅੱਗੋਂ ਲਲਕਰੇ ਮਾਰਦੇ ਕਿ ਮੇਰਾ ਕੀ ਕਰ ਲੇਗਾ ਵੀ ਮੈਂ ਤਾਂ ਮੱਛੀ ਇਦਾਂ ਹੀ ਖਾਊਂਗਾ ਵੀਰੋ ਸਭ ਤੋਂ ਪਹਿਲਾਂ ਇਸ ਬੰਦੇ ਦੀ ਹੀ ਪਛਾਣ ਕਰਨੀ ਬਹੁਤ ਜ਼ਰੂਰੀ ਆ ਇਹ ਬੰਦਾ ਬਹਿ ਰੂਪੀਆ ਇਹ ਬੰਦਾ ਬਹਿ ਰੂਪੀਆ ਆਰਐਸਐਸ ਦੇ ਬੰਦੇ ਇਹਦਾ ਇਹਦੀ ਕਿਸੇ ਹੋਰ ਬੰਦੇ ਨਾਲ ਵੇਖੀ ਆ ਵੀ ਸਿੱਖ ਤੋਂ ਬਿਨਾ ਹੋਰ ਕਿਸੇ ਨਾਲ ਲੜਾਈ ਹੁੰਦੀ ਜਦੋਂ ਇਹ ਲੜਦਾ ਜਦੋਂ ਇਹ ਖੜਦਾ ਠੀਕ ਆ ਕਿ ਨਹੀਂ ਇਹਦੀ ਲੜਾਈ ਕਿੰਨੇ ਨਾਲ ਹੁੰਦੀ ਸਿੱਖਾਂ ਨਾਲ ਹੀ ਪਿਛਲੇ ਦਿਨਾਂ ਦੇ ਵਿੱਚ ਵੀ ਇਹਦੀ ਲੜਾਈ ਹੋਈ ਸੀ ਹੁਣ ਵੀ ਕਿਉਂਕਿ ਉਦੋਂ ਸਿੰਘਾਂ ਨੇ ਇੱਥੋਂ ਕੱਢਿਆ ਪੰਜਾਬ ਦਾ ਜਦੋਂ ਇੱਥੋਂ ਭਜਾਇਆ ਪੰਜਾਬ ਚੋਂ ਫਿਰ ਇਹ ਮਹਾਰਾਸ਼ਟਰ ਜਾਵੜਿਆ ਉੱਥੇ ਹੁਣ ਮੈਨੂੰ ਲੱਗਦਾ ਵੀ 4 ਕੇ 5 ਮਹੀਨੇ ਲਾ ਕੇ ਤੇ ਫਿਰ ਵਾਪਸ ਆ ਗਿਆ ਉੱਥੋਂ 4-5 ਮਹੀਨੇ ਲਾ ਕੇ ਨਾ ਤੇ ਇਹ ਫਿਰ ਵਾਪਸ ਆ ਗਿਆ ਹੁਣ ਪੰਜਾਬ ਤੇ ਇਹਨੇ ਫਿਰ ਉਹ ਗੰਦ ਪਾਉਣਾ ਸ਼ੁਰੂ ਕਰਤਾ ਤੇ ਇਹਨੂੰ ਪੁੱਛਣ ਵਾਲਾ ਹੋਵੇ ਉਹ ਦਲੜਾ ਇਹ ਆਤਿਆਂ ਤੇ ਬਹਿ ਗਏ ਇਦਾਂ ਮੱਛੀ ਖਾਣੀ ਕਿਹੜੀ ਮਰਜ਼ਾਦਾ ਕਿੱਥੇ ਮਰਜ਼ਾਦਾ ਐਲੀ ਇਹ ਯਾਰ ਆਰਐਸਐਸ ਦਾ ਟੱਕਾ ਹੈ ਬੰਦਾ ਜਣੇ ਖੜੇ ਨੂੰ ਰੋਹ ਮਾਰਦਾ ਫਿਰਦਾ ਕੋਈ ਇੱਕ ਅੱਦੇ ਬੰਦੇ ਨੂੰ ਜਿਹੜਾ ਟੱਕਰਦਾ ਉਹਨੂੰ ਰੋਹ ਮਾਰਦਾ ਗੋ ਉਹ ਮੈਨੂੰ ਨੰਬਰ ਦੇ ਮੈਂ ਐ ਕਰ ਦੂ ਮੈਂ ਉਹ ਕਰ ਦੂ ਕੀ ਤੂੰ ਕਰ ਦੇਗਾ ਜਦਣੇ ਫੜਿਆ ਗਿਆ ਨਾ ਵੀਰੋ ਇਹਨੂੰ ਸੋਦਾ ਲਾਓ ਇਹਨੂੰ ਇਹ ਪਹਿਲਾਂ ਪ੍ਰਧਾਨ ਮੰਤਰੀ ਬਾਜੇਕੇ ਖਾਨੇ ਨਾਲ ਉਹ ਆਪਣਾ ਹਾ ਬਾਜੇ ਵਾਲਾ ਪ੍ਰਧਾਨ ਮੰਤਰੀ ਉਹਨੂੰ ਵੀ ਲਲਕਰੇ ਮਾਰਦਾ ਸੀ ਉਹਨੂੰ ਆਦਾ ਹੀ ਮੇਰਾ ਮੈਨੂੰ ਆਖੇ ਫੋਨ ਨੰਬਰ ਦੇ ਮੈਨੂੰ ਦੱਸ ਮੈਂ ਕਿਤੇ ਕਹਿੰਦਾ ਮੈਂ ਉੱਥੇ ਆਉਣਾ ਇੰਨੇ ਇਹ ਸਾਬਲਾ ਵੀ ਚਲੋ ਮੇਰੇ ਤੋਂ ਜਣਾ ਖਣਾ ਡਰ ਜਾਂਦਾ ਵੀ ਇਹ ਕਿੱਡੀ ਕੋ ਗੱਲ ਆ ਇਹਨੂੰ ਆਨੇ ਬੰਦੇ ਦਾ ਪੁੱਤ ਬਣ ਜਾਏ ਪੰਜਾਬ ਆ ਜੇ ਤੂੰ ਅਮਰਤ ਛਕਿਆ ਤੇਰਾ ਸਤਕਾਰ ਕਰਦੇ ਆ ਮਰਜਾਦਾ ਚ ਰਹੇ ਇਦਾਂ ਤੁਰਿਆ ਫਿਰਦਾ ਤੂੰ ਜਣੇ ਖੜੇ ਰੇੜੀ ਤੋਂ ਤੂੰ ਜਾ ਕੇ ਮੱਛੀ ਖਾਣ ਲੱਗ ਪੈਣਾ ਖਾ ਕੇ ਮੱਛੀ ਤੂੰ ਤੋਂ ਲਲਕਰੇ ਮਾਰਦਾ ਵੀ ਹੋਰ ਬਣਾ ਜੇ ਉੱਥੇ ਸਿੰਘ ਕੋਲ ਮੁੰਡੇ ਬਈ ਬੰਦੇ ਬੈਠੇ ਸੀ ਨਾ ਜਿਹੜੇ ਵੀਰ ਆਏ ਸੀ ਉੱਥੇ ਰੋਕਣ ਵਾਸਤੇ ਇਹਨੂੰ ਸਮਝਾ ਰਹੇ ਸੀ ਉਹਨਾਂ ਦੇ ਗੱਲ ਪਈ ਜਾਂਦਾ ਸੀ ਉਲਟਾ ਉਥੇ ਉਹਨੂੰ ਆnde ਤੁਸੀਂ ਮੇਰਾ ਕੀ ਕਰ ਲੋਗੇ ਮੈਂ ਇਦਾਂ ਹੀ ਖਾਊਗਾ ਵੀਡੀਓ ਸ਼ੇਅਰ ਕਰ ਦਿਓ ਮੇਰੇ ਭਰਾ ਸਾਰੇ ਜਿਹੜੇ ਤੁਸੀਂ ਨਾਲ ਜੁੜੇ ਹੋ ਦੋ ਦੋ ਚਾਰ ਚਾਰ ਗਰੁੱਪਾਂ 'ਚ ਉਹਨਨੋਂ ਮੈਂ ਵੀ ਤੁਸੀਂ ਮੇਰਾ ਕੀ ਕਰ ਲੋਗੇ ਪਰ ਜੇ ਇਹ ਬੰਦਾ ਇਦਾਂ ਕਰਦਾ ਰਿਹਾ ਨਾ ਇਹ ਬੰਦਾ ਬਖਸ਼ਿਆ ਨਹੀਂ ਜਾਊਗਾ ਇਹ ਆਰਐਸਐਸ ਦਾ ਬੰਦਾ ਏ ਇਹ ਡੁਪਲੀਕੇਟ ਬੰਦਾ ਏ ਹਰ ਵਕਤ ਸਿੱਖਾਂ 'ਚ ਲੜਾਈ ਪਾਉਣ ਵਾਲਾ ਬੰਦਾ ਤੇ ਸਾਡੀ ਬੇਨਤੀ ਹੈ ਸਾਡੀ ਉਹਨਾਂ ਜਥੇਬੰਦੀਆਂ ਨੂੰ ਵੀ ਸਾਡੀ ਉਹਨਾਂ ਆਗੂਆਂ ਨੂੰ ਵੀ ਬੇਨਤੀ ਆ ਵੀ ਇਹਨਾਂ ਦਾ ਹੱਲ ਕਰੋ ਇਹ ਸਿੱਖੀ ਬਾਣੇ ਨੂੰ ਇਹ ਇਦਾਂ ਆਪਣਾ ਬਦਨਾਮ ਕਰ ਰਿਹਾ ਬੰਦਾ ਫਿਰ ਉੱਤੋਂ ਲਲਕਰੇ ਮਾਰਦਾ ਖਾ ਕੇ ਵੀ ਮੈਂ ਖਾਊਗਾ ਮੇਰਾ ਤੁਸੀਂ ਕਰੋਗੇ ਕੀ ਅਗੇ ਮੱਛੀ ਇੱਕੋ ਹੋਰ ਫਰਾਈ ਕਰਾਂ ਜੇ ਬੋਲਣ ਡਿਆ ਸੀ ਨਾ ਉੱਥੇ ਵੀਡੀਓ ਤੇ ਸਾਰਿਆਂ ਨੇ ਵੇਖੀ ਆ ਤੇ ਇਹ ਨੂੰ ਆ ਵੀ ਬੰਦਾ ਬਣ ਜਾ ਨਹੀਂ ਤਾਂ ਵੀਰੇ ਡਾਂਗ ਬਾਲੀ ਫਿਰੂਗੀ ਹਾਂਜੀ ਇਹ ਨਾ ਰਹੀਂ ਵੀ ਮੈਂ ਪਤਾ ਨਹੀਂ ਮੇਰੇ ਤੋਂ ਡਰਦੇ ਆ ਮੈਨੂੰ ਡਰਦੇ ਮਾਰੇ ਨੰਬਰ ਨਹੀਂ ਦਿੰਦੇ ਜਾਂ ਪਤਾ ਨਹੀਂ ਕੀ ਗੱਲ ਆ ਮੈਂ ਪਤਾ ਨਹੀਂ ਕਿਉਂ ਨਹੀਂ ਬੋਲਦੇ ਇਹ ਇਹ ਉਦੋਂ ਦਾ ਭਜਾਇਆ ਨਾ ਵੀਰੋ ਇਥੋਂ ਪੰਜਾਬ ਦਾ ਭਜਾਇਆ ਸੀ ਇਹ 5 ਮਹੀਨੇ ਮਹਾਰਾਸ਼ਟਰ ਜਿੱਥੇ ਲਾ ਕੇ ਫਿਰ ਫਿਰ ਵਾਪਸ ਹੋਣਾ ਇਥੋਂ ਆਇਆ ਹੈ ਪੰਜਾਬ ਚੋਂ ਭਜਾਇਆ ਮਹਾਰਾਸ਼ਟਰ ਜਾ ਕੇ 5-4 ਮਹੀਨੇ ਲਾ ਕੇ ਫਿਰ ਵਾਪਸ ਆ ਗਿਆ ਉਹਨੇ ਫਿਰ ਇੱਥੇ ਇੰਡੀਆ ਇੱਥੇ ਆਪਣਾ ਸੌਰੀ ਪੰਜਾਬ ਚ ਆ ਗਿਆ ਮਹਾਰਾਸ਼ਟਰ ਚੋਂ ਲਾ ਕੇ ਪੰਜਾਬ ਚ ਫਿਰ ਹੁਣੇ ਆਇਆ ਤੇ ਹੁਣ ਫਿਰ ਉਸੇ ਕਰਤੂਤਾਂ ਦੀ ਇਹ ਆ ਗਿਆ ਏ ਨਾਲੇ ਕਿੱਥੋਂ ਦੀ ਮਰਜ਼ਾਦਾ ਵੀ ਐ ਅਮਰਤ ਸ਼ਾਕੇ ਦਾ ਐ ਰੇੜੀਆਂ ਤੋਂ ਜਾ ਕੇ ਮੱਛੀਆਂ ਖਾਣੀਆਂ ਹੈ ਕਿਹੜੀ ਮਰਜ਼ਾਦਾ ਕਿੱਥੇ ਲਿਖੀਏ ਦੱਸੋ ਫਿਰ ਸਾਨੂੰ ਤੇ ਜੇ ਇਦਾਂ ਕੰਮ ਰਿਹਾ ਨਾ ਵੀਰੋ ਤੇ ਫਿਰ ਅਸੀਂ ਆਪਦੇ ਕਰਕੇ ਨੌਜਵਾਨ ਜਿੰਨੇ ਵੀ ਸਾਡੇ ਇਕੱਠੇ ਅਸੀਂ ਤਾਈ ਫਿਰ ਇਹਨੂੰ ਜਦੋਂ ਸਾਡੇ ਲੋਟ ਆ ਗਿਆ ਤਾਈ ਫੜ ਲੈਣਾ ਮੋੜ ਕੇ ਜੇ ਇਹਨੇ ਹੁਣ ਕੋਈ ਹਰਕਤ ਕਰਤੀ ਤਾਂ ਇਹਦੀ ਜਦੋਂ ਲੜਾਈ ਰਹਿੰਦੀ ਆ ਸਿੱਖਾਂ ਨਾਲ ਲੜਾਈ ਜਾਂਦੀ ਜਦੋਂ ਲੜਾਈ ਰਹਿੰਦੀ ਆ ਇਹਦੀ ਸਿੱਖਾਂ ਨਾਲ ਲੜਾਈ ਕਿਸੇ ਹੋਰ ਬੰਦੇ ਨਾਲ ਦੀ ਲੜਾਈ ਹੋਈ ਆ ਹੋਰ ਬੰਦੇ ਨੇ ਇਹਦੀ ਇਸ ਬੰਦੇ ਦੀ ਲੜਾਈ ਹੋਈ ਆ ਕਿਤੇ ਫਿਰ ਬਾਕੋ ਬਾਕੋ ਧਮਕੀਆਂ ਕਿਧਰੋਂ ਮੈਂ ਦਰਖਾਸਤ ਦੇਣਾ ਮੈਂ ਆਪਕੇ ਐ ਕਰੂੰਗਾ ਪਤਾ ਉਹ ਤਾਂ ਪਤਾ ਹੀ ਆ ਸਾਨੂੰ ਜੇ ਤੂੰ ਹੋਇਆ ਹੀ ਆ ਆਰਐਸਐਸ ਦਾ ਜੇ ਤੂੰ ਥੋੜੀ ਤੇ ਚੱਲੂਗੀ ਤੂੰ ਤਾਂ ਦਊਗੀ ਸਿੱਖਾਂ ਤੇ ਦਰਖਾਸਤਾਂ ਤੁਸੀਂ ਤਾਂ ਦਊਂਗੀ ਦਰਖਾਸਤਾਂ ਦੋ ਹੋਰ 5-10 ਦੋ ਫਿਰ ਤੁਸੀਂ ਇਹ ਡਰਾਉਂਦੇ ਅੱਗੋਂ ਸਾਲੇ ਮੇਰੇ ਇਹ ਇਹੋ ਜਿਹੇ ਬੰਦੇ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕੀ ਜਾਂਦੇ ਸੀ ਕਹਿੰਦੇ ਸਿੱਖ ਦਾ ਪੁੱਤ ਆ ਜਿੱਦੋਂ ਤੋਂ ਜੰਪਿਆਉਂਦੇ ਦੇ ਕੇਸ ਚੱਲਣਾ ਹੀ ਚੱਲਣਾ ਠੀਕ ਹੈ ਨਾ ਇਹ ਹੋਰ ਬੰਦੇ ਆਉਣਗੇ ਵਿੱਕੀ ਥੋਮਸ ਸਾਹਿਬ ਜੀ ਜੋ ਡਾਡ ਉਰ ਜਾਂਦੇ ਆ ਠੀਕ ਹੈ ਨਾ ਹਾਂਜੀ ਹੋਰ ਬੰਦੇ ਹੋਣਗੇ ਇਹ ਬੇਫਿਕਰ ਹੈ ਵੀ ਤੂੰ ਆਖੇ ਵੀ ਪਤਾ ਨਹੀਂ ਬੋਲਦੇ ਕਿਉਂ ਨਹੀਂ ਇਦਾਂ ਨਹੀਂ ਕਰਦਾ ਤੂੰ ਪੰਜਾਬ ਚ ਆ ਕੇ ਤੂੰ ਤੇ ਫਿਰ ਇਹ ਗੰਦ ਪਾਉਣ ਲੱਗ ਪੈਣਾ ਤੂੰ ਇਦਾਂ ਆ ਕੇ ਤੂੰ ਆਪਣੇ ਆਪ ਨੂੰ ਸੁਭਾਲ ਲੈ ਬਹੁਤ ਚੰਗਾ ਰਹੇਗਾ ਵਧੀਆ ਰਹੇਗਾ ਤੂੰ ਠੀਕਾ ਨਾ ਤੂੰ ਗੁਰੂ ਦਾ ਅਮਰਤ ਛਕਿਆ ਗੁਰੂ ਦਾ ਬਾਣਾ ਪਾਇਆ ਉਹਦੀ ਲਾਜ ਰੱਖ ਹਾਂਜੀ ਜੋ ਮਰਜਾਦਾ ਮਰਜਾਦਾ ਨਾਲ ਚੱਲ ਤੈਨੂੰ ਕੋਈ ਨਹੀਂ ਰੋਕਦਾ ਪਰ ਜੇ ਤੂੰ ਇਦਾਂ ਕਰਦਾ ਰਿਹਾ ਤੇ ਮਾਹੌਲ ਫਿਰ ਤੁਸੀਂ ਬੰਦੇ ਖਰਾਬ ਕਰ ਦੋ ਫਿਰ ਅਸੀਂ ਤੇ ਇਹ ਗੱਲ ਆਖਾਂਗੇ ਵੀ ਤੁਸੀਂ ਆਰਐਸਐਸ ਦੇ ਪਾਲਤੂ ਹੋ ਫਿਰ ਅਸੀਂ ਕਿਉਂ ਨਹੀਂ ਕਹਿੰਦੇ ਇਹ ਤਾਂ ਫਿਰ ਆਖਾਂਗੇ ਤੁਹਾਨੂੰ ਜਦੋਂ ਤੁਸੀਂ ਆਉਣੇ ਹੋ ਸਿੱਖਾਂ ਦੇ ਵਿੱਚ ਤੁਸੀਂ ਲੜਾਈ ਪਾਉਣੇ ਹੋ ਜਦੋਂ ਤੂੰ ਆਉਣਾ ਸਿੱਖਾਂ ਦੇ ਵਿੱਚ ਲੜਾਈ ਪਾਉਣਾ ਕਿਤੇ ਤੇਰੀ ਹੋਰ ਕਿਸੇ ਨਾਲ ਲੜਾਈ ਪਈ ਹੈ ਅੱਜ ਤੱਕ ਕਿਸੇ ਹੋਰ ਬੰਦੇ ਨਾਲ ਕਿਉਂ ਤੇਰੀ ਸਿੱਖਾਂ ਨਾਲ ਲੜਾਈ ਪੈਂਦੀ ਆ ਐਸੇ ਗੱਲਾਂ ਪੈਂਦੀ ਆ ਤੇਰੀ ਤੂੰ ਜਾਣ ਬੁੱਝ ਕੇ ਇਹੋ ਜਿਹੇ ਕਰਤੂਤਾਂ ਕਰਦਾ ਜਾਣ ਬੁੱਝ ਕੇ ਇਹੋ ਜਿਹੇ ਕਰਤੂਤਾਂ ਕਰਕੇ ਤੂੰ ਫੇਮਸ ਹੋਣਾ ਚਾਹੁੰਦਾ ਤੂੰ ਬਸ ਹੋਰ ਤੈਨੂੰ ਕੋਈ ਗੱਲ ਨਹੀਂ ਜਾਣ ਕੇ ਇਹੋ ਜਿਹੇ ਕਰਤੂਤਾਂ ਕਰਕੇ ਤੂੰ ਤੇ ਲੜਾਈ ਪਾ ਕੇ ਤੇ ਬਸ ਚੱਲ ਪੈਣਾ ਤੂੰ ਪਿੱਛੇ ਦੀ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵੀ ਡਾਂ ਖੜਕੀ ਸੀ ਕੋਈ ਆਫਾਚ ਇਹਨਾਂ ਦੀ ਉਦੋਂ ਮੁੜ ਕੇ ਪ੍ਰਧਾਨ ਮੰਤਰੀ ਉਹ ਬਾਈ ਜਿਹੜਾ ਸਾਡਾ ਡਿਬਰੂਗੜਾ ਠੀਕ ਹੈ ਨਾ ਉਹਨੂੰ ਇਹ ਲਲਕਰੇ ਮਾਰਦਾ ਫਿਰਦਾ ਸੀ ਸ਼ੇਅਰ ਕਰ ਦਿਓ ਵੀਡੀਓ ਮੇਰੇ ਭਰਾ ਜਿਹੜੇ ਤੁਸੀਂ ਨਾਲ ਜੁੜੇ ਹੋ ਪਿਆਰ ਵਾਲੇ ਇਦਾਂ ਆ ਕੇ ਅਖਣਾ ਵੀ ਅਸੀਂ ਐ ਕਰਦਾਂਗੇ ਫਿਰ ਉਹਦਾ ਨੰਬਰ ਭਾਲਦਾ ਫਿਰਦਾ ਵੀ ਇਹਦਾ ਨੰਬਰ ਦਿਓ ਮੈਨੂੰ ਇਹਦਾ ਨੰਬਰ ਦਿਓ ਮੈਨੂੰ ਨੰਬਰ ਕੀ ਕਰਕੇ ਨੰਬਰ ਦਾ ਪਤਾ ਕੀ ਕਰਨਾ ਹੈ ਵੀਰ ਬੰਦੇ ਨੇ ਇਹਨੇ ਇਹ ਬੰਦਰ ਨੇ ਨੰਬਰ ਲੈ ਕੇ ਨਾ ਉਹਨੂੰ ਫੋਨ ਤੇ ਚਾਰ ਉਹਨੂੰ ਧਮਕੀਆਂ ਦੇਣੀਆਂ ਧਮਕੀ ਕਿਉਂ ਹੀ ਬੰਦਾ ਦਿੰਦਾ ਇਹਦੇ ਪਿੱਛੇ ਆਰਐਸएस ਕੰਮ ਕਰਦੀ ਆ ਜਦੋਂ ਆਰਐਸएस ਕੰਮ ਕਰਦੀ ਐ ਵੀ ਧਮਕੀ ਦੇ ਨਾ ਵੀ ਤੇਰੇ ਤੇ ਪਰਚਾ ਨੂੰ ਕਟਿਆ ਵੀ ਜਾਂਦਾ ਕਿਉਂਕਿ ਪਿੱਛੇ ਸਰਕਾਰਾਂ ਦਾ ਪਾਲਤੂ ਆ ਗੁੰਡਾ ਐ ਕਿੰਨੀਆਂ ਜਥੇਬੰਦੀਆਂ ਸਾਡੀਆਂ ਕੋਈ ਕਿਉਂ ਨਹੀਂ ਕੋਈ ਜਥੇਬੰਦੀ ਬੋਲਦੀ ਤੇ ਜਦੋਂ ਪੰਜਾਬ ਚ ਬਾੜਾ ਵਿਰੋਧ ਦਿੰਦਾ ਹੁੰਦਾ ਪਤਾ ਲੱਗਦਾ ਵੀ ਇੱਥੇ ਹੁਣ ਬਾੜਾ ਵਿਰੋਧ ਹੁੰਦਾ ਫਿਰ ਇੱਥੋਂ ਆਪਦਾ ਚੱਕ ਦਾ ਢਾਂਡਾ ਪਿੰਡਾ ਫਿਰ ਚੱਲ ਪੈਂਦਾ ਉਧਰ ਮumbai ਕੰਨੇ ਨੂੰ ਜਿੱਥੋਂ ਦੇਗਾ ਮਹਾਰਾਸ਼ਟਰ ਨੂੰ ਉੱਥੇ ਫੇਰੇ ਪੰਜ ਚਾਰ ਮਹੀਨੇ ਲਾਉਂਦਾ ਵੀ ਪਤਾ ਵੀ ਹੁਣ ਕੰਮ ਛਾਂ ਤਾਂ ਮੁੜ ਕੇ ਫੇਰੇ ਇਹਨੂੰ ਪੰਜਾਬ ਨੂੰ ਅਸੀਂ ਇਹਨਾਂ ਦੇ ਵੀ ਪੰਜਾਬ ਨਾ ਆਵੇ ਅਸੀਂ ਦੱਸ ਰਹੇ ਹਾਂ ਤੁਹਾਨੂੰ ਆ ਆ ਆ ਕੰਮ ਕਰਦਾ ਏ ਸੋ ਸਾਰੇ ਜਥੇਬੰਦੀਆਂ ਨੂੰ ਯਾਰ ਧਿਆਨ ਦੇਣ ਦੀ ਲੋੜ ਹੈ ਇਸ ਬੰਦੇ ਹਲ ਇਹ ਸਾਡੀ ਮਰਜ਼ਾਦਾ ਨਹੀਂ ਕਿ ਤੁਰੇ ਫਿਰਦੇ ਜਿੱਥੇ ਮਰਜ਼ੀ ਰੇੜੀ ਵੇਖੀ ਤੇ ਉੱਥੇ ਹੀ ਚਾ ਕੇ ਮੱਛੀਆਂ ਖਾ ਲਈਆਂ ਮੁਰਗੇ ਖਾ ਲਈ ਜਾਂ ਕੁਝ ਵੀ ਕਰ ਲਿਆ ਇਹ ਕਿੱਥੋਂ ਦੀ ਮਰਜ਼ਾਦਾ ਕਿੰਨੇ ਬਣਾਈਏ ਮਰਜ਼ਾਦਾ ਫਿਰ ਉਲਟਾ ਉਹ ਉਹ ਜਿਹੜਾ ਨੌਜਵਾਨ ਉੱਥੇ ਆਏ ਸੀ ਉਲਟਾ ਉਹਨਾਂ ਨੂੰ ਰੋਪਾਉਂਦਾ ਪਿਆ ਸੀ ਉੱਤੋਂ ਦੀ ਵੀ ਤੁਸੀਂ ਮੇਰਾ ਕੋਰ ਨਹੀਂ ਕਰ ਸਕਦੇ ਉਹਨੂੰ ਉਹ ਰੇਡੀ ਵਾਲ ਨੂੰ ਕੀ ਆਂਦਾ ਪਿਆ ਕੋਲੇ 4 ਦੋ ਫਰਾਈ ਕਰ ਦੋ ਹੋਰ ਫਰਾਈ ਕਰ ਕੀ ਕਰ ਲੈਣਗੇ ਉੱਤੋਂ ਦੀ ਹੁੰਦਾ ਸੀ ਕਿ ਮੇਰੇ ਵਰਗਾ ਕੌਣ ਮੈਨੂੰ ਕੌਣ ਰੋਕ ਲੂਗਾ ਇਹ ਬਹਿਰੂਪੀਆ ਹੈ ਬਹਿਰੂਪੀਓ ਤੋਂ ਬਚਨ ਦੀ ਲੋੜ ਹੈ ਵੀਰੋ ਇਹਨਾਂ ਬਹਿਰੂਪੀਆਂ ਤੋਂ ਬਚੋ ਜਿੰਨਾ ਬਚਿਆ ਜਾਂਦਾ ਇਹਨਾਂ ਨੂੰ ਪਛਾਣੂ ਇਹ ਬੰਦੇ ਕੌਣ ਆ ਇਹ ਬੰਦੇ ਪਛਾਣੂ ਇਹ ਬੰਦੇ ਕੌਣ ਆ ਸੋ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ